ਇਹ ਆਪਣੇ ਜੀ ਕੋੜਲਾ ਕਾਲੂਆਂ ਦਾ ਮਸਤਕਬਿਲ ਦਾ ਪਹਿਲਵਾਨ ਆ ਕਹਿੰਦਾ ਜੀ ਮੈਂ ਕਿਸੇ ਨੂੰ ਟਿਕਣ ਨਹੀਂ ਦਿੰਦਾ ਅੱਗੇ ਸਾਡੇ 350 ਕਿਲੇ ਦੇ ਮਾਲਕ ਹੀ ਹੋ ਜੀ ਜੀ ਜਿਹੜੇ ਬਨਮਾਸ਼ ਰਹੇ ਐ ਇਸ ਪਿੰਡੇ ਜੀ ਹਾਂਜੀ ਤੇ ਗਰੀਬ ਨੂੰ ਨਾ ਕੁਝ ਨਹੀਂ ਆ ਗਰੀਬ ਨੂੰ ਨਹੀਂ ਕਦੇ ਕੁਝ ਆ ਹਾਂਜੀ ਹਾਂਜੀ ਇੱਥੇ ਜ਼ਿਆਦਾ ਸਿੱਖ ਬਰਾਦਰੀ ਰਹਿੰਦੀ ਸੀ ਹਿੰਦੂ ਬਰਾਦਰੀ ਰਹਿੰਦੀ ਸੀ ਇੱਥੇ ਸਿੱਖ ਹੀ ਜ਼ਿਆਦਾ ਰਹਿੰਦੇ ਰਹੇ ਸਿੱਖ ਹੀ ਜ਼ਿਆਦਾ ਰਹਿੰਦੇ ਰਹੇ ਸਾਬ ਫੋਨ ਤੇ ਲੱਗਾ ਰਹਿੰਦਾ 24 ਘੰਟੇ ਕੋੜਲਾ ਕਾਲੂਆਂ ਵਾਲੀ ਸਾਈਡ ਤੋਂ ਵਹੀਂ ਪਾਰ ਕਰਕੇ ਆਈਏ ਤੇ ਇਹ ਆਪਣੇ ਬਚਨੇਕੋੜ ਦਾ ਫਰੰਟ ਆ ਬਚਨੇ ਕੋਰ ਤੋਂ ਇਥੋਂ ਬਸਤਾਨ ਨੂੰ ਵੀ ਸੜਕ ਚੱਲ ਜਾਂਦੀ ਹੈ ਮਿਸ਼ਰੀਵਾਲ ਸਾਤੂਵਾਲ ਨੂੰ ਔਰ ਇਹ ਰੋਡ ਅਗਰ ਅਦਰੋਂ ਜਾਈਏ ਤੇ ਪਨਵਾ ਤੋਂ ਹੋ ਕੇ ਕੁਤਰੂਵਾਲ ਸੁੰਦਰਪੁਰੋਂ ਤੋਂ ਹੋ ਕੇ ਆਪਣੇ ਨਿਕਲ ਜਾਂਦਾ ਹੈ ਮੇਨ ਰੋਡ ਛਕੇਗੜ ਨਰਵਲ ਰੋਡ ਤੇ ਬismillahirrahmanirrahim ਅਸਲਾਮ ਵਾਲੇਕੁਮ ਨਾਜ਼ਰਿਨ ਤੁਹਾਡਾ ਆਪਣਾ ਮੇਜ਼ਬਾਨ ਤਨਵੀਰ ਖਾਨ ਕਾਵਸ਼ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ ਤੁਸੀਂ ਦੇਖ ਰਹੇ ਹੋ YouTube ਚੈਨਲ ਆਪਣਾ ਮੁੰਡੀ ਖੇ ਨਾਜ਼ਰਿਨ ਨੂੰ ਦੱਸਦੇ ਚੱਲਿਆ ਕਿ ਅੱਜ ਕੋੜਲਾ ਕਾਲੂਆ ਪਿੰਡ ਅੱਜ ਅਸੀਂ ਉਧਰ ਦਾ ਵਿਜ਼ਿਟ ਕਰਨ ਚੱਲੇ ਆ ਔਰ ਬੈਕ ਸਾਈਡ ਤੇ ਤੁਸੀਂ ਕਾਲਾ ਚੇਚੀ ਪਿੰਡ ਦੇਖਦੇ ਹੋ ਕਾਲਾ ਚੇਚੀ ਕੋਟਲਾ ਕਾਲੂਆ ਦੇ ਬਈ ਗੁਜ਼ਰਦੀ ਆ ਔਰ ਇਹ 베ੜੀ ਲਾਈ ਦੀ ਆ ਉਹ ਛੋਟਾ ਆਸਨ ਭਾਈ ਆ ਉਹਨਾਂ ਨੇ ਸਾਨੂੰ ਪਾਰ ਲੰਗਾ ਮੋਟਰਸਾਈਕਲ ਦੋ ਅਸੀਂ ਆਏ ਆ ਦੋ ਸਾਡੇ ਬੰਦੇ ਪਿੱਛੇ ਆ ਰਹੇ ਨੇ ਔਰ ਇਹਦੀ ਮੁਹੱਬਤ ਆ ਕਿ ਇਹਨੇ ਸਾਨੂੰ ਪਾਰ ਲੰਗਾ ਔਰ ਇਹਦਾ ਸਾਰੀ ਦਿਹਾੜੀ ਇਹ ਹੀ ਕੰਮ ਹੁੰਦਾ ਲੋਕਾਂ ਦੀ ਖਿਦਮਤ ਕਰਨੀ ਇੱਥੋਂ ਦੀ ਲੋਕਾਂ ਨੂੰ ਪਾਰ ਲੈ ਕੇ ਜਾਣਾ ਉਧਰੋਂ ਪਾਰ ਜਿਹੜੇ ਲੋਕਾਂ ਨੂੰ ਮੋਟਰਸਾਈਕਲ ਜਿਹੜਾ ਕਰਾਸ ਇਧਰ ਕਰਾਂਦਾ ਔਰ ਇਹ ਕਾਲਾ ਚੇਚੀ ਪਿੰਡ ਆ ਸਾਰਾ ਕਾਲਾ ਚੇਚੀ ਪਿੰਡ ਤੋਂ ਅਸੀਂ ਆ ਗਏ ਨਾਂ ਕਿ ਬਈ ਵੀ ਪਾਰ ਕਰ ਲਈ ਆ ਸਾਹਮਣੇ ਸਾਡੀਆਂ ਮੋਟਰਸਾਈਕਲਾਂ ਖੜੀਆਂ ਨੇ ਔਰ ਅਸੀਂ ਚੱਲੇ ਕੋਟਲਾ ਕਾਲੂਆ ਪਿੰਡ ਕੋਟਲਾ ਕਾਲੂਆ ਦਾ ਆਪਣੇ ਵਿਜ਼ਿਟ ਕਰਵਾਉਣੇ ਤੇ ਜਿਹੜੇ ਸਾਡੇ ਪਰਦੇਸੀ ਭਰਾ ਨੇ ਉਮੀਦ ਕਰਨੇ ਆ ਕਿ ਇਨਸ਼ਾ ਅੱਲਾਹ ਤਾਲਾ ਉਹਨਾਂ ਨੂੰ ਅੱਜ ਦੀ ਵੀਡੀਓ ਸਾਡੀ ਬਹੁਤ ਅੱਛੀ ਲੱਗੇਗੀ ਕੋਟਲਾ ਕਾਲੂਆ ਪਿੰਡ ਦੇ ਵੀ ਬਹੁਤ ਸਾਰੇ ਸਾਡੇ ਦੋਸਤ ਕਮੈਂਟਸ ਕਰਦੇ ਸੀ ਕਿ ਤਨਵੀਰ ਭਾਈ ਸਾਡਾ ਕੋਟਲਾ ਕਾਲੂਆ ਪਿੰਡ ਦੇ ਕੁਝ ਜਿਹੜੇ ਮੁਸੀਬਾ ਰਾਹਰੀ ਦੇ ਘਰ ਨੇ ਤੇ ਦੂਸਰੇ ਆਪਣੇ ਜਿਹੜੇ ਮੁਸਲਮਾਨਾਂ ਦੇ ਆਪਣੇ ਘਰ ਨੇ ਉਹ ਥੋੜਾ ਜਿਹਾ ਸਾਨੂੰ ਦਿਖਾਣੇ ਨੇ ਔਰ ਅਗਰ ਕੋਈ ਬੰਦਾ ਬਜ਼ੁਰਗ ਮਿਲ ਪਿਆ ਇਨਸ਼ਾਅੱਲਾਹ ਤਾਲਾ ਉਹਨਾਂ ਦਾ ਇੰਟਰਵਿਊ ਕਰਕੇ ਤੁਹਾਡੇ ਨਾਲ ਸ਼ੇਅਰ ਕਰਨੇ ਆਸਨ ਭਾਈ ਛੋਟਾ ਜਿਹੜਾ ਨਾ ਆਪਣੇ ਬਾਕੀ ਸਾਥੀਆਂ ਨੂੰ ਵੀ ਆਪਣੇ ਜਿਹੜਾ ਨਾ ਲੈ ਕੇ ਆਣ ਲੱਗਾ ਇੱਕ ਸਾਥੀ ਸਾਡਾ ਮਾਸ਼ਾਅੱਲਾ ਉਹ ਫੋਨ ਤੇ ਲੱਗਾ ਰਹਿੰਦਾ 24 ਘੰਟੇ ਉਹ ਮੇਰੀ ਮੋਟਰਸਾਈਕਲ ਆ ਕੇ ਖੜੀ ਹੈ ਲਾ ਕੇ ਉਸ ਭਾਈ ਦੀ ਮੋਟਰਸਾਈਕਲ ਖੜੀ ਹੈ ਉਹਨੂੰ ਵਿਚਾਰੇ ਨੂੰ ਫੋਨ ਤੋਂ ਫੁਰਸਤ ਨਹੀਂ ਮਿਲਦੀ ਔਰ ਇਹ ਟੀਮ ਹੈ ਸਾਡੀ ਬਮਾ ਸਾਡੇ ਮੈਨੇਜਰ ਸਾਹਿਬ ਨੇ ਮੈਨੇਜਰ ਸਾਹਿਬ ਦੇ ਨਾਲ ਟੀਮ ਆ ਰਹੀ ਹੈ ਆ ਆਪਣੇ ਮੈਨੇਜਰ ਸਾਹਿਬ ਸਾਡੇ ਵੀ ਪੈਸੇ ਦੇ ਦਿਓ ਇਹ ਆਪਣੇ ਆਪਣੇ ਇਹ ਪੈਸੇ ਦੇ ਦਿਓ ਪੈਸੇ ਆਪਣੇ ਆਪਣੇ ਨਹੀਂ ਮੈਨੇਜਰ ਸਾਹਿਬ ਦੇਵਾਂਗੇ ਸਾਡੇ ਪੈਸੇ ਆਸਣ ਨੂੰ ਪੈਸੇ ਦੇ ਦਿਓ ਪਸੀਨਾ ਵੜਾ ਉਹਨਾਂ ਆਦਾ ਜੀ ਇਹ ਆਪਣੇ ਜੀ ਸਾਡਾ ਸੇਲਮੈਨ ਇਨਜ਼ਾਮਮੁਲ ਹੱਕ ਨਾਜ਼ਰੀਂ ਅਸੀਂ ਆਪਣੇ ਕੋਟਲਾ ਕਾਲੂਆ ਪਿੰਡ 'ਚ ਪਹੁੰਚ ਗਏ ਆ ਸਾਡੇ ਜਿਹੜੇ ਨਾਜ਼ਰੀਂ ਸਾਨੂੰ ਪ੍ਰਾਪਰ ਦੇਖਦੇ ਨੇ ਉਹਨਾਂ ਨੂੰ ਪਤਾ ਲੱਗ ਗਿਆ ਹੋਣਾ ਕਿ ਐਸੇ ਬਜ਼ੁਰਗਾਂ ਦੇ ਦਰਬਾਰ ਦਾ ਹਜ਼ਰ ਬਾਬਾ ਤਾਰੇ ਪਰੇ ਸ਼ਾ ਸਰਕਾਰ ਦਾ ਅਸੀਂ ਪਹਿਲੇ ਵੀ ਵਲੌਗ ਬਣਾ ਚੁੱਕੇ ਆ ਔਰ ਇਹ ਲਾਗੇ ਮਸਜਿਦ ਆ ਔਰ ਐ ਸਾਡੀ ਟੀਮ ਦੇ ਮੈਂ ਸਾਡੇ ਏਵੀਓ ਨੇ ਸਾਡੇ ਸੇਲਮੈਨ ਸਾਡੇ ਮੈਨੇਜਰ ਔਰ ਗਵਰਨਮੈਂਟ ਪ੍ਰਾਇਮਰੀ ਸਕੂਲ ਕੋਟਲਾ ਕਾਲੂਆ ਸਾਹਮਣੇ ਆ ਬੋਰਡ ਆਈ ਇਦੇ ਬਾਰੇ ਵਿੱਚ ਵੀ ਅਸੀਂ ਵੀਡੀਓ ਜੀ ਦੱਸਿਆ ਸੀ ਕਿ ਇਸ ਬੋਰਡ ਤੇ ਨਾ 1971 ਦੀ ਜੰਗ ਚ ਬੜੀ ਫਾਇਰਿੰਗ ਹੋਈ ਸੀ ਇਸ ਬੋਰਡ ਤੇ ਤੇ ਸਾਨੂੰ ਭਾਈ ਇੱਕ ਮਿਲਣੇ ਮੈਂ ਚਲੋ ਇਹਨਾਂ ਨੂੰ ਪੁੱਛਨੇ ਜ਼ਰਾ ਅਸਲਾਮੁਅਲੈਕ ਭਾਈ ਕੀ ਹਾਲ ਹੈ ਠੀਕ ਠਾਕ ਜੀ ਹੋਰ ਸਨਾਓ ਸਭ ਖੈਰ ਕਰੀਆ ਅਲਹਮਦੁਲਿਲਾ ਸਾਬ ਕੀ ਨਾਮ ਆਪਣਾ ਮੁਹੰਮਦ ਖਲੀਲ ਜੀ ਮੁਹੰਮਦ ਖਲੀਲ ਸਾਹਿਬ ਹੋਰ ਸਨਾਓ ਠੀਕ ਠਾਕ ਜੀ ਅਲਹਮਦੁਲਿਲਾ ਠੀਕ ਮੁਹੰਮਦ ਖਲੀਲ ਸਾਹਿਬ ਪਹਿਲੇ ਵੀ ਤੁਹਾਡੇ ਪਿੰਡ ਦੀ ਨਾ ਮੈਂ ਵੀਡੀਓ ਬਣਾ ਚੁੱਕਿਆ ਇੱਕ ਨਾ ਵਲਾਗ ਬਣਾਇਆ ਸੀ ਵੇਖੀਆ ਭਾਈ ਨਾ ਅੱਛਾ ਅਸੀਂ ਦੁਬਾਰਾ ਆਏ ਹਾਂ ਮਾਰਕੀਟਿੰਗ ਦੇ ਹਿਸ ਉਹਨਾਂ ਦੇ ਘਰ ਨੇ ਤੇ ਇਹ ਸਾਨੂੰ ਦੱਸੋ ਕਿ ਪਿੰਡ ਕਿੱਡਾ ਵੱਡਾ ਕੋਟਲਾ ਕਾਲੂਆ ਪਿੰਡ ਯਾਰ ਆਇਆ ਕਿ ਦੂਆ ਤਿੰਨਾਂ ਤਰ੍ਹਾਂ ਦੇ ਵਿੱਚ ਆਇਆ ਯਾਨੀ ਕਿ ਇੱਕ ਮਲ ਆਇਆ ਹੈ ਇੱਕ ਮਲ ਆਇਆ ਹੈ ਕਿੰਨੇ ਘਰ ਹੋਣਗੇ ਮਸਾਲੇ ਮੈਂ ਕਹਾ 100 150 ਘਰ ਹੋਣੇ 100 150 ਇੱਥੋਂ ਦੇ ਲੋਕ ਜ਼ਿਆਦਾ ਜ਼ਿਮੀਂਦਾਰ ਨੇ ਜਾਂ ਮਲਾਜ਼ਮ ਪੇਸ਼ਾੜੇ ਨੇ ਨਹੀਂ ਨਹੀਂ ਇੱਥੇ ਜਿਵੇਂ ਕੋਈ ਨਹੀਂ ਆ ਬਿਲਕੁਲ ਗਰੀਬ ਨੇ ਭਾਈ ਨਹੀਂ ਮਾੜੇ ਲੋਕ ਨੇ ਮਜ਼ਦੂਰੀ ਕਰਦੇ ਨੇ ਮਜ਼ਦੂਰੀ ਕਰਦੇ ਨੇ ਬਿਲਕੁਲ ਤੇ ਇਹ ਇਹਨਾਂ ਪਿੰਡਾਂ ਨੂੰ ਰਾਹ ਕਿਉਂ ਨਹੀਂ ਪੱਕਾ ਹੈ ਕੋਈ ਰਾਹ ਯਾਰ ਕੋ ਸੁਣਦਾ ਹੀ ਨਹੀਂ ਮਾੜੇ ਬੰਦੇ ਦੀ ਕੋਈ ਸੁਣਦਾ ਹੀ ਇੱਥੇ ਵੀ ਰਿਆ ਕੋਈ ਸਾਹਮਣੇ ਆ ਦੇ ਰੋਡ ਦੇਖਾ ਦੇ ਕੱਚੀਆਂ ਗਲੀਆਂ ਕੱਚੇ ਕੋਈ ਹਰ ਚੀਜ਼ ਕੱਚੀ ਹੈ ਜੀ ਜੀ ਕੋਈ ਸੁਣਦਾ ਹੀ ਨਹੀਂ ਹੈ ਰਸਤੇ ਬੰਨਿਆ ਤੋਂ ਨੰਕੇ ਜਾਣਾ ਪੈਂਦਾ ਸਾਨੂੰ ਕੀ ਦੁਕਾਨ ਤੇ ਸੌਦਾ ਲੈਣ ਜਾਣਾ ਹੋਏ ਤੇ ਬੰਨਿਆ ਤੇ ਜਾਣਾ ਪੈਂਦਾ ਯਾਰ ਜੀ ਜੀ ਇਹ ਮਸਲਾ ਬਹੁਤ ਜ਼ਿਆਦਾ ਸੱਚ ਤੇ ਬਾਹਰ ਵੀ ਗਏ ਨੇ ਇੱਥੋਂ ਦੇ ਮੁੰਡੇ ਬਸ ਦੋ ਤਿੰਨ ਮੁੰਡੇ ਦੋ ਤਿੰਨ ਘਰ ਗਏ ਨੇ ਬਸ ਹੋਰ ਕੋਈ ਦੋ ਤਿੰਨ ਘਰਾਂ ਚੋਂ ਮੁੰਡੇ ਗਏ ਨੇ ਬਾਹਰ ਵੀ ਅੱਛਾ ਕਿੰਨੇ ਕੇ ਘਰ ਨੇ ਇਸ ਟਾਈਮ ਮੁਸੀਬਤ ਦੋ ਤਿੰਨ ਘਰ ਨੇ ਸਾਹਮਣੇ ਆ ਦੇਖੋ ਨਾ ਅੱਛਾ ਖਲੀਲ ਭਾਈ ਕਹਿ ਰਿਹਾ ਕਿ ਉਹ ਪਰੇ ਨਾ ਦੋ ਤਿੰਨ ਘਰ ਨੇ ਮੁਸੀਬਤ ਰਾਜਰੀ ਦੇ ਚੱਲ ਨੇ ਉੱਧਰ ਵੀ ਦੇਖਨੇ ਆ ਤੁਹਾਨੂੰ ਦਿਖਾਣੇ ਆ ਲਾਗੇ ਜਾ ਕੇ ਅਗਰ ਕੋਈ ਬੰਦਾ ਮਿਲ ਗਿਆ ਤੇ ਉਹ ਨਾਲ ਵੀ ਗੱਲਬਾਤ ਕਰਕੇ ਤੁਹਾਨੂੰ ਸ਼ੇਅਰ ਕਰਨੇ ਤੇ ਇੱਥੇ ਤੁਹਾਡੇ ਨਾਲ ਕੋਈ ਬਜ਼ੁਰਗ ਬ ਬਜ਼ੁਰਗ ਤੇ ਫਿਲਹਾਲ ਬਾਹਰ ਪੂਰੀ ਗਏ ਨੇ ਕਿਹੜਾ ਡੰਗਣ ਨੂੰ ਗਏ ਨੇ ਕਿੱਕੇ ਦੋ ਦੋ ਦੇ ਉੱਪਰ ਅੱਛਾ ਤੁਹਾਨੂੰ ਪਤਾ ਕੋਈ ਮਸਲਨ ਤੋਂ ਪਹਿਲੇ ਵੀ ਮੇਰੀ ਵੀਡੀਓ ਦੇਖੀ ਹੈ ਮਸਲਨ ਕਿ ਜ਼ਿਆਦਾ ਸਿੱਖ ਬਰਾਦਰੀ ਰਹਿੰਦੀ ਹੈ ਹਿੰਦੂ ਬਰਾਦਰੀ ਰਹਿੰਦੀ ਹੈ ਸਿੱਖ ਹੀ ਜ਼ਿਆਦਾ ਰਹਿੰਦੇ ਰਹੇ ਸਿੱਖ ਜ਼ਿਆਦਾ ਰਹਿੰਦੇ ਰਹੇ ਆ ਯਾਰ ਤੇ ਯਾਰ ਕੁਛ ਹੈ ਦੇਖਣਾ ਸਾਡਾ ਮਹੱਲੇ ਦਾ ਦੇਖ ਕੀ ਹਾਲ ਹੈ ਔਰ ਗੰਦਾ ਹਰ ਪਾਸੇ ਪਿਆ ਦਾ ਬੁਰਾ ਭਾਈ ਖਲੀਲ ਕਹਿੰਦਾ ਜਗਾ ਜਗਾ ਰੂੜੀਆਂ ਲੱਗੀਆਂ ਨੇ ਰਾਹ ਕੋਈ ਨਹੀਂ ਆ ਬਾਰਸ਼ ਹੋਏ ਤੇ ਨੰਗੇ ਨਹੀਂ ਜਾਂਦਾ ਦੁਕਾਨ ਤੋਂ ਸੋਦਾ ਲੈਣ ਜਾਣਾ ਨੰਗੇ ਨਹੀਂ ਜਾਂਦਾ ਪੱਖ ਡੰਡੀਆਂ ਨੇ ਮਸਲਨ ਕਿ ਛੋਟੇ ਛੋਟੇ ਆ ਦੇਖੋ ਕੋਈ ਆ ਕੋਈ ਸੋਲ ਨਹੀਂ ਲੱਗਾ ਦਾ ਕੋਈ ਪੱਕਾ ਰੋਡ ਨਹੀਂ ਹੈ ਔਰ ਵਹੀਂ ਤੋਂ ਤੁਹਾਨੂੰ ਪਤਾ ਅਸੀਂ ਕ੍ਰਾਸ ਕਰਕੇ ਆਇਆ ਤੇ ਬੰਨਿਆ ਰਸਤੇ ਆਏ ਆ ਮੋਟਰਸਾਈਕਲਾਂ ਲੈ ਕੇ ਕੋਈ ਰਾਹ ਵੀ ਨਹੀਂ ਇਹਨੂੰ ਚੱਜਦਾ ਹੈਗਾ ਤੇ ਚੱਲਨੇ ਅਸੀਂ ਨਾਲ ਇਹ ਦੂਸਰਾੜਾ ਇੱਕ ਹੀ ਪਿੰਡ ਹੈ ਲੇਕਿਨ ਕਹਿ ਲੋ ਕਿ ਇੱਕ ਦੋ ਕਿੱਲੇ ਦਾ ਵਿੱਚ ਫਰਕ ਪੈ ਜਾਂਦਾ ਫਿਰ ਅੱਗੇ ਚੱਲ ਜਾਂਦਾ ਔਰ ਐ ਸਾਈਡ ਤੇ ਤੁਸੀਂ ਦੇਖ ਰਹੇ ਹੋ ਭਾਈ ਨੇ ਦੁਕਾਨ ਲਾਈ ਦੇ ਜੀ ਦੇਖੋ ਕੋਈ ਮਸਲ ਨਹੀਂ ਐਸ ਤਰ੍ਹਾਂ ਹੀ ਉਹਨਾਂ ਨੇ ਚਾਰ ਪਾਈ ਤੇ ਨੇ ਆਪਣੇ ਚੀਜ਼ਾਂ ਜੁਨਾ ਲਾਈ ਦੇ ਨੇ ਉਹ ਸਾਹਮਣੇ ਛਾਪਰ ਲਟਕਾਏ ਦੇ ਨੇ ਔਰ ਇਹਨਾਂ ਨਾਲ ਵੀ ਗੱਲਬਾਤ ਕਰਨੇ ਆ ਕਿ ਦੁਕਾਨ ਕਿਉਂ ਨਹੀਂ ਬਣਾਈ ਦੀ। ਅਸਲਾਮੁਅਲੈਕ ਭਾਈ ਜੀ ਕੀ ਹਾਲ ਹੈ ਠੀਕ ਠਾਕ ਜੀ। ਹੋਰ ਸੁਣਾਓ ਕੀ ਨਾਮ ਆ ਆਪਣਾ? ਅਲੀ ਅਲੀ ਇੰਤਜ਼ਾਰ ਅਲੀ ਇੰਤਜ਼ਾਰ ਹੈ ਦੁਕਾਨ ਨਹੀਂ ਬਣਾਈ ਦੀ ਐਂ ਜੀ ਚਾਰ ਪਾਈ ਤੇ ਲਾਈ ਦੀ ਹੈ ਕੀ ਮਸਲੇ ਕੋ ਪਿੰਡ ਛੋਟਾ ਕੋਈ ਕੰਮ ਨਹੀਂ ਚੱਲਦਾ। ਕੰਮ ਕੋ ਪਿੰਡ ਛੋਟਾ ਕੰਮ ਨਹੀਂ ਚੱਲਦਾ। ਅੱਛਾ ਜੀ। ਬੱਚੇ ਥੋੜੇ ਨੇ ਹੈਗੇ ਮਾਰੇ ਬੰਦੇ ਨੇ। ਮਾਰੇ ਬੰਦੇ ਨੇ ਇੱਥੇ। ਕਹਿੰਦਾ ਜੀ ਮਾਰੇ ਬੰਦੇ ਆ ਸੀ ਤੇ ਬਸ ਐ ਦੇਖ ਲਓ ਚਾਰ ਪਾਈ ਤੇ ਨਾ ਹੋਣਾ ਨੇ ਆਪਣੇ। ਸਮਾਨ ਰੱਖ ਕੇ ਤੇ ਸੇਲ ਕਰਦੇ ਨੇ ਔਰ ਅਸੀਂ ਚੱਲਿਆ ਦੂਸਰੀ ਸਾਈਡ ਤੇ ਤੁਹਾਨੂੰ ਦੂਸਰਾ ਵੀ ਆਪਣੇ ਵਿਜ਼ਿਟ ਕਰਵਾਨੇ ਖਲੀਲ ਭਾਈ ਬਹੁਤ ਮਿਹਰਬਾਨੀ ਅੱਲਾਹ ਖੁਸ਼ ਰੱਖੇ ਜੀ ਬੜੀ ਮਿਹਰਬਾਨੀ ਤੋਂ ਅਸੀਂ ਆ ਗਏ ਹਾਂ ਜਿੱਧਰ ਮੁਸੀਬ ਰਾਜਰੀ ਦੇ ਘਰ ਨੇ ਆ ਗਏ ਖਲੀਲ ਭਾਈ ਦੱਸਦਾ ਪਿਆ ਅਸੀਂ ਕਿ ਪੂਰਾ ਪਿੰਡ ਹੁੰਦਾ ਰਿਹਾ ਮੁਸੀਬ ਰਾਜਰੀ ਦਾ ਬੜੇ ਘਰ ਹੁੰਦੇ ਰਹਿਣ ਲੇਕਿਨ ਇਸ ਟਾਈਮ ਇੱਕ ਦੋ ਘਰ ਹੀ ਰਹਿ ਗਏ ਦਾ ਯੂਨਸ ਭਾਈ ਇਹਨਾਂ ਦਾ ਨਾਮ ਜਵੇਦ ਆ ਲੇਕਿਨ ਉਹਨਾਂ ਦਾ ਮੈਂ ਪਤਾ ਕੀਤਾ ਉਹ ਕਹਿੰਦੇ ਨੇ ਬਾਹਰ ਕਿਤੇ ਪੱਠੇ-ਪੁੱਠੇ ਲੈਣ ਗਏ ਨੇ ਉਹ ਇਸ ਟਾਈਮ ਨਹੀਂ ਹੈ ਔਰ ਜਿਹੜੇ ਸਾਡੇ ਪਰਦੇਸੀ ਭਰਾ ਸਾਾਨੂੰ ਕਹਿੰਦੇ ਸੀ ਕਿ ਸਾਨੂੰ ਆਪਣੇ ਇਹ ਸਾਰਾ ਪਿੰਡ ਹੈ ਕੋੜਲਾ ਕਾਲੂਆ ਇੱਕ ਦੋ ਤਿੰਨ ਮੱਲੇ ਬਣਦੇ ਨੇ ਤੇ ਚੌਥਾ ਮੱਲਾ ਇਹਦਾ ਨਾ ਮੁਸੀਬਰਾਦਰੀ ਦਾ ਹੈ ਦੋ ਘਰ ਰਹਿ ਗਏ ਤੇ ਨੇ ਔਰ ਇਹ ਇੱਕ ਬੋਰਡ ਦਾ درخت ਹੈ ਇੱਕ ਇੱਧਰ ਇੱਕ ਬੋਰਡ ਦਾ درخت ਜਿੱਥੇ ਅਸੀਂ ਮੋਟਰਸਾ ਖੜੇ ਕੀਤੇ ਨੇ ਦੇਖ ਲਓ ਜੀ ਇਹ ਤੁਹਾਡੀ ਜਗਾ ਕਿਸੇ ਦੌਰ ਚ ਤੁਸੀਂ ਇੱਥੇ ਰਹਦੇ ਹੋ ਹੋਗੇ ਜਿਹੜੇ ਕਈ ਲੋਕ ਜਿਹੜੇ ਇਥੋਂ ਸ਼ਿਫਟ ਹੋ ਗਏ ਦੂਸਰੇ ਸ਼ਹਿਰਾਂ ਚ ਚਲੇ ਗਏ ਜਾਂ 1947 ਤੋਂ ਪਹਿਲੇ ਜਿਹੜੇ ਸਿੱਖ ਬਰਾਦਰੀ ਦਾ ਕਾਲੂਆ ਚੋਂ ਆਪਣੇ ਸਾਡੇ ਕਮ ਸਾਹੀ ਮੁਲਖ ਚਲੇਗੇ ਇਹ ਜਗਾ ਸੀ ਜੀ ਇਹ ਸਾਰਾ ਪਿੰਡ ਹੁੰਦਾ ਸਾਡੇ ਜਿਹੜੇ ਦੋਸਤ ਨੇ ਉਹ ਵਾਪਸ ਚਲੇ ਗਏ ਨੇ ਅਸੀਂ ਵੀ ਉਹ ਬੋਰਡ ਵਾਲੀ ਸਾਈਡ ਤੇ ਜਾਣਾ ਅਸੀਂ ਆ ਉਪਰੋਂ ਦੀ ਹੋ ਜਾਈ ਨਜ਼ਾਰਾ ਇਹ ਘਰ ਨੇ ਜੀ ਇਹ ਘਰ ਦੋ ਜਿਹੜੇ ਤੁਹਾਨੂੰ ਦੱਸਿਆ ਨਾ ਇਹ ਪੂਰਾ ਉਹ ਦੱਸਦੇ ਖਲੀਲ ਭਾਈ ਦੱਸ ਪਾਏ ਕਿ ਕਹ ਲੋਗੇ ਬੜੇ ਘਰ ਹੁੰਦੇ ਰਹੇ ਨੇ ਮੁਸੀਬ ਰਾਦਰੀ ਦੇ ਲੇਕਿਨ ਇਸ ਟਾਈਮ ਸਿਰ ਦੋ ਘਰ ਨੇ ਕੁਝ ਲੋਕ ਸ਼ਿਫਟ ਹੋ ਗਏ ਦੂਸਰੇ ਸ਼ਹਿਰਾਂ ਚ ਇਹ ਆਪਣੀ ਪੀਪਲ ਦਾ ਦਰਖਤ ਹੈ ਔਰ ਬਿਲਕੁਲ ਲਾਗੋ ਦੀ ਬੈਂ ਗੁਜ਼ਰਦੀ ਐ ਅਸਾ ਜੀ ਸਾਰੇ ਪਿੰਡ ਦੀ ਨਾ ਮਾਰਕੀਟਿੰਗ ਕਰ ਲਈਆ ਔਰ ਜਿਹੜੇ ਆਪਣੇ ਸਾਡੇ ਦੋਸਤ ਕਿਹਾ ਕਿ ਮੁਸੀਬ ਬਰਾਦਰੀ ਦਿਖਾਓ ਉਹਨਾਂ ਦਾ ਵੀ ਪਤਾ ਕੀਤਾ ਉਹ ਬੰਦੇ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਉਹ ਕਿਤੇ ਗਏ ਨੇ ਪੱਟੇ ਪੁੱਟੇ ਲੈਣ ਨਹੀਂ ਮਿਲੇ ਪਹਿਲੇ ਵੀ 1-2 ਦਫਾ ਆਇਆ ਉਹਨਾਂ ਨਾਲ ਮੁਲਾਕਾਤ ਨਹੀਂ ਹੋਈ ਖਲੀਲ ਭਾਈ ਨੇ ਵੀ ਦੱਸਿਆ ਔਰ ਸਾਡ ਲਾਗੇ ਕਿ ਪਹਿਲਵਾਨ ਖੜਾ ਕਹਿੰਦਾ ਜੀ ਮੈਂ ਇਸ ਪਿੰਡ ਦਾ ਪਹਿਲਵਾਨ ਆ ਮੇਰਾ ਟੈਕਾ ਕਹਿੰਦਾ ਇਸ ਪਿੰਡ 'ਚ ਕੀ ਨਾਂ ਆਪਣਾ ਜੀ ਮਮਦ ਆਸਫ ਮਮਦ ਆਸਫ ਤੇ ਸਾਰੀ ਢਾੜੀ ਗਲੀਆਂ 'ਚ ਫਿਰਨਾ ਤੇਰਾ ਕੰਮ ਹਾਂਜੀ ਹਾਏ ਕਹਿੰਦਾ ਹਾਂਜੀ ਟੈਕਾ ਡਰਦੇ ਨੇ ਸਾਰੇ ਹਾਏ ਜ਼ਬਰਦਸਤ ਹੋ ਗਿਆ ਕਹਿੰਦਾ ਸਾਰੇ ਡਰਦੇ ਨੇ ਫਿਰਕੀ ਹੈ ਤੇਰਾ ਨਾ ਓਏ ਮੁਹੰਮਦ ਆਸਫ ਮੁਹੰਮਦ ਆਸਫ আলমਰੂਫ ਫਿਰਕੀ ਫਿਰ ਜਾਂਦਾ ਦਿਮਾਗ ਜਦੋਂ ਫਿਰ ਜਾਂਦਾ ਸਾਰਿਆਂ ਨੂੰ ਅੱਗੇ ਲਾ ਲੈਂਦਾ ਹੈ ਬੜੀ ਗੱਲ ਆ ਤੇ ਕਿੰਨੇ ਕ ਮੁੜਿਆਂ ਨੂੰ ਦਿਹਾੜੀ ਦਾ ਮਾਰ ਮੂਰ ਲੈਣਾ ਤੂੰ ਬੜਾ ਬੜਾ ਤੇ ਆਪਣੀ ਦੁਕਾਨ ਤੋਂ ਤੂੰ ਪਾਣੀ ਤੇ ਪਲਾਣੀ ਸਾਨੂੰ ਆ ਚੱਲੀਏ ਆ ਚੱਲੀਏ ਸ਼ਾਬਾਸ਼ ਸ਼ਾਬਾਸ਼ ਜੀ ਇਹ ਆਪਣੇ ਜੀ ਕੋੜਲਾ ਕਾਲੂਆ ਦਾ ਮੁਸਤਕਬਲ ਦਾ ਪਹਿਲਵਾਨ ਹੈ ਕਹਿੰਦਾ ਜੀ ਮੈਂ ਕਿਸੇ ਨੂੰ ਟਿਕਣ ਨਹੀਂ ਦਿੰਦਾ ਅੱਗੇ ਅਲਮਰੂ ਫਿਰ ਕੀ ਔਰ ਇਹ ਮੇਰੀ ਟੀਮ ਹੈ ਜੀ ਟਿਕਟੋਕ ਬਣਾ ਰਹੀ ਹੈ ਇਸ ਟਾਈਮ ਮਾਰਕੀਟਿੰਗ ਕਰਕੇ ਵੇਲੇ ਹੋ ਕੇ ਫਾਰਗ ਹੋ ਕੇ ਕੋਈ ਤਸਵੀਰਾਂ ਬਣਵਾ ਰਿਹਾ ਕੋਈ ਟਿਕਟੋਕ ਬਣਾ ਰਿਹਾ ਬਜ਼ੁਰਗ ਦੇਖਣੇ ਮੈਂ ਕਿ ਚਲੋ ਯਾਰ ਬਜ਼ੁਰਗ ਨੇ ਤੇ ਬਜ਼ੁਰਗਾਂ ਨਾਲ ਗੱਲਬਾਤ ਕਰ ਰਹੇ ਆ ਇਹ ਪੱਠੇ ਵੱਟਦੇ ਪਿਛੇ ਇੱਥੇ ਆਪਣੇ ਭਾਈ ਨੇ ਹੋਰ ਸੁਣਾਓ ਭਾਈ ਠੀਕ ਠਾਕ ਜੀ ਅੱਛਾ ਬਜ਼ੁਰਗੋ ਸੁਣਾਓ ਸੇਦ ਦੀ ਤੁਸੀਂ ਕੀ ਨਾਮ ਆ ਆਪਣਾ ਜੀ ਇਰਸਾਨ ਅਜੀਜ਼ ਹਨ ਹਾਂ ਜੀ ਇਰਸਾਨ ਨਜੀਰ ਸਹਿਬ ਅੱਛਾ ਨਜੀਰ ਹੁਸੈਨ ਹਾਂ ਜੀ ਅੱਛਾ ਆਪਣੇ ਬਜ਼ੁਰਗਾਂ ਸਾਨੂੰ ਇਹ ਦੱਸੋ ਤੁਹਾਡੇ ਪਿੰਡ ਦਾ ਹੀ ਵਿਜ਼ਿਟ ਕਰ ਆਇਆ ਇੱਕ ਖਲੀਲ ਨਾਮ ਦਾ ਬੰਦਾ ਮਿਲਿਆ ਸੀ ਇਸ ਤੋਂ ਪਹਿਲੇ ਵੀ ਇੱਕ ਵੀਡੀਓ ਬਣਾਈ ਉਹਦੇ ਚ ਕਾਫੀ ਤਿੰਨ ਚਾਰ ਬਜ਼ੁਰਗਾਂ ਸਾਨੂੰ ਮਿਲੇ ਸੀ ਇਹਦੀ ਹਿਸਟਰੀ ਬਾਰੇ ਤੁਹਾਨੂੰ ਥੋੜਾ ਜਿਹਾ ਪਤਾ ਨਾਲੇ ਸਾਨੂੰ ਇਹ ਦੱਸੋ ਕਿਹੜੇ ਮਸੀਹ ਇੱਕ ਦੋ ਘਰ ਰਹਿ ਗਏ ਨੇ ਇਹ ਕਿੰਨੇ ਕੇ ਘਰ ਹੁੰਦੇ ਰਹਿਣੇ ਪਹਿਲੇ ਇਹਦੇ ਕੋਈ ਜੀ 60 70 ਘਰ ਰਹੀ 60 70 ਘਰ ਹੁੰਦੇ ਰਹਿਣੇ ਪਿੰਡ ਹੀ ਪੂਰਾ ਇੱਕ ਘਰ ਉਹ ਪੂਰਾ ਪਿੰਡ ਆ ਤੇ ਹੁਣ ਸਿਰ ਦੋ ਘਰ ਰਹਿ ਗਏ ਨੇ ਚਲ ਗਏ ਨੇ ਕੁਝ ਹੋਈ ਘਰ ਕੁਝ ਇੰਡੀਆ ਜੀ ਚਲ ਗਏ 47 ਤੋਂ ਪਹਿਲੇ ਕੁਝ ਹੁਣ ਮਸਲ ਨਹੀਂ ਨਹੀਂ ਇੰਡੀਆ ਜੀ ਨਹੀਂ ਗਏ ਕੁਝ ਨਾ ਹਲੇ ਸਾਂਸ ਦੇ ਦਿੰਦੇ ਅੱਛਾ ਜੀ ਸਾਰੇ ਨਹੀਂ 47 ਤੋਂ ਪਹਿਲੇ ਦੀ ਮੈਂ ਗੱਲ ਕਰਨਾ ਵੀ ਪਹਿਲੇ ਜਦੋਂ ਵੰਡ ਹੋਈ ਆ ਕੁਝ ਓਧਰ ਵੀ ਚਲ ਗਏ ਨੇ ਨਹੀਂ ਓਧਰ ਨਹੀਂ ਗਏ ਅੱਛਾ ਜੀ ਹਾਂ ਜੀ ਇਹਨਾਂ ਨੂੰ ਕਿਸੇ ਨੇ ਕਿਹਾ ਹੀ ਕੋਈ ਨਹੀਂ ਸਿੱਖ ਰੰਦੇ ਨੇ ਜ਼ਿਆਦਾ ਜੀ ਤੇ ਉਹ 1947 ਜਦੋਂ ਵੰਡ ਹੋਈ ਆ ਤੇ ਉਹ ਤੇ ਚਲੇ ਗਏ ਤੇ ਤੁਹਾਨੂੰ ਕੋਈ ਤੁਹਾਡੇ ਬਜ਼ੁਰਗਾਂ ਨੇ ਕੋਈ ਗੱਲਬਾਤ ਸੁਣਾਈ ਹੋਏ ਕਿਸੇ ਸਿੱਖ ਦਾ ਨਾਂ ਆਂਦਾ ਹੋਵੇ শেখ জি ও তা ਦੇ ਪਾਲੇ ਹੋਣੀ ਇਥੇ ਆਦੀ 350 ਕਿਲੇ ਦੇ مالک ਹੀ ਹੋ ਜੀ ਜੀ ਜਿਹੜੇ ਬਨਮਾਸ ਰਹੇ ਐ ਇਸ ਪਿੰਨ ਦੇ ਜੀ ਹਾਂਜੀ ਤੇ ਗਰੀਬ ਨੂੰ ਨਾ ਕੁਝ ਨਹੀਂ ਆ ਗਰੀਬ ਨੂੰ ਨਹੀਂ ਕਦੇ ਕੁਝ ਆ ਹਾਂਜੀ 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 ਸਹੀ ਤੇ ਡਾਕੇ ਕਿਤੇ ਦੇ ਦੂਰ ਦੂਰ ਜਾ ਕੇ ਕੀਤੇ ਦੂਰ ਦੂਰ ਰਿਆਸਤਾ ਚ ਜਾ ਕੇ ਕੀਤੇ ਹਾਂਜੀ ਹਾਂਜੀ ਜ਼ਿਆਸਤਾ ਸਹੀ ਹੋ ਗਿਆ ਹਾਂਜੀ ਉਹ ਉਹ ਜੀ ਕਮੀ ਨੂੰ ਵਾਰ ਸਮਝਦੇ ਆਪਣੀ ਉਹ ਕਮੀ ਨੂੰ ਨਿਕਲ ਨਹੀਂ ਆ ਦਿੰਦੇ ਸਹੀ ਹੋ ਗਿਆ ਹਾਂਜੀ ਹਾਂਜੀ ਉਹ ਪਿਆਰ ਵੀ ਬੜਾ ਕਰਦੇ ਪਿਆਰ ਵੀ ਬੜਾ ਕਰਦੇ ਸੀ ਬਿਲਕੁਲ ਜੀ ਤੇ ਕਿੱਡਾ ਵੱਡਾ ਪਿੰਡ ਆ ਪਿੰਡ ਇਹ 9 ਵੰਡਾਂ ਦੇ 9 ਵੰਡਾਂ ਹਾਂਜੀ ਇਹ 9 ਵੰਡਾਂ ਦਾ ਕੀ ਮਤਲਬ ਹੁੰਦਾ ਇਹ ਵੰਡ ਵੱਖਰੇ ਵੱਖਰੇ ਆ ਪਤੀ ਜਟਾਂ ਦੀ ਆ ਪਰਲੀ ਆ ਰਾਈਆਂ ਦੀ ਵਿੱਚ ਰਾਂ ਦੀ ਜਲਾयां ਦੀ ਅੱਛਾ ਅੱਛਾ ਹਾਂਜੀ ਆ ਵਿਚਲੀ ਫੇਰ ਰਾਈਆਂ ਦੀ ਤੇ ਜਲਾयां ਦੀ ਠੀਕ ਹੈ ਤੇ ਇਹ ਪਤੀ ਹਾਂਜੀ ਆ ਆ ਪਤੀ ਵਿੱਚ ਤਸੀਰਾਂ ਦੇ ਘਰ ਵਿੱਚ ਜਲਾयां ਦੇ ਘਰ ਸਹੀ ਹੋ ਗਿਆ ਹਾਂਜੀ ਇਹ 9 ਵੰਡਾਂ ਬਣੇ ਜੀ ਨੋ ਮੰਡਾ ਪਿੰਡ ਆ ਕਿੱਥੋਂ ਚੱਲਦਾ ਪਰਲੇ ਮਹੱਲਿਓਂ ਚੱਲਦਾ ਕਿੰਨੇ ਇੱਥੇ ਸਰਦਾਰ ਰਹਿੰਦੇ ਰਹੇ ਨੇ ਸਿੱਖ ਜਿਹੜੇ ਸਰਦਾਰ ਹੁੰਦੇ ਸੀ ਬਿਲਕੁਲ ਬਿਲਕੁਲ ਇਵੇਂ ਹੀ ਗੱਲ ਲਓ ਜੀ ਆਪਣੇ ਜਿਹੜੇ ਸਾਡੇ ਦੋਸਤ ਕਹਿੰਦੇ ਸੀ ਨਾ ਅੱਜ ਸਾਨੂੰ ਬਜ਼ੁਰਗ ਮਿਲ ਪਈ ਹੀ ਪੱਠੇ ਵੜਦਿਆਂ ਤੇ ਮੈਂ ਕਿਹਾ ਚਲੋ ਇਹਨਾਂ ਕੋਲ ਜਾਂਦਿਆਂ ਜਾਂਦੇ ਆਂ ਹੀ ਪੁੱਛ ਲੈਨੇ ਆਂ ਮੈਂ ਆਪਣੀ ਬਾਈਕ ਖੜੀ ਕਰਕੇ ਨਾ ਤੇ ਅਸੀਂ ਹੁਣ ਬਈ ਪਾਰ ਕਰ ਨਹੀਂ ਆ ਬਈ ਪਾਰ ਕਰਕੇ ਬਚਨੇ ਕੋਲ ਬਈ ਕ੍ਰਾਸ ਕਰ ਰਹੇ ਆਂ ਉਹ ਦੇਖਿਆ ਉੱਥੇ ਲੇਡੀਜ਼ ਹੀ ਜ਼ਰਾ ਮੈਂ ਇਸ ਲਈ ਦੂਰ ਆ ਕੇ ਜ਼ਰਾ ਵੀਡੀਓ ਬਣਾ ਰਿਹਾ ਕਿ ਇਹ ਆਪਣੇ ਡੱਲੇ ਬੁਰੇ ਵਾਲੀ ਸਾਈਡ ਤੋਂ ਆਉਣਾ ਕੋੜਲਾ ਕਾਲੂ ਵਾਲੀ ਸਾਈਡ ਤੋਂ ਬਚਨੇ ਕੋੜ ਨਿਕਲਦਾ ਰਸਤਾ ਅਤਰੋਂ ਨਹੀਂ ਅਸੀਂ ਵਹੀਂ ਕ੍ਰਾਸ ਕਰਕੇ ਆ ਗਏ ਆ ਉਹ ਖੋਤੀਆਂ ਤੇ ਦੇਖੋ ਪੱਠੇ ਲਾਦ ਕੇ ਲੋਕੀ ਉਹ ਲੇਡੀਜ਼ ਨੰਗਦੀਆਂ ਪਿਆ ਇਸ ਤਰ੍ਹਾਂ ਹੀ ਮੋਟਸਾਕ ਤੇ ਨੰਗੇ ਆ ਡੱਲੇ ਬੁਰੇ ਵਾਲੀ ਸਾਈਡ ਤੋਂ ਕੋੜਲਾ ਕਾਲੂ ਵਾਲੀ ਸਾਈਡ ਤੋਂ ਵਹੀਂ ਪਾਰ ਕਰਕੇ ਆਈਏ ਤੇ ਇਹ ਆਪਣੇ ਬਚਨੇ ਕੋੜ ਦਾ ਫਰੰਟ ਆ ਬਚਨੇ ਕੋਰ ਤੋਂ ਇੱਥੋਂ ਬਸਤਾਨ ਨੂੰ ਵੀ ਸੜਕ ਚੱਲ ਜਾਂਦੀ ਹੈ ਮਿਸ਼ਰੀਵਾਲ ਸਾਤੂਵਾਲ ਨੂੰ ਔਰ ਇਹ ਰੋਡ ਅਗਰ ਅਦਰੋਂ ਜਾਈਏ ਤੇ ਪਨਵਾ ਤੋਂ ਹੋ ਕੇ ਕੁਤਰੂਵਾਲ ਸੁੰਦਰਪੁਰੋਂ ਤੋਂ ਹੋ ਕੇ ਆਪਣੇ ਨਿਕਲ ਜਾਂਦਾ ਹੈ ਮੇਨ ਰੋਡ ਛੇਕੇਗੜ ਨਰਵਲ ਰੋਡ ਤੇ ਬਾਕੀ ਅੱਜ ਦਾ ਵਲੌਗ ਇਹਦੀ ਵੀਡੀਓ ਅਗਰ ਅੱਛੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਨੇ ਦੋਸਤ ਚੈਨਲ ਤੇ ਆਣ ਵਾਲੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਆਪਣੇ ਤਨਵੀਰ ਖਾਨ ਕਾਵਿਸ਼ ਨੂੰ ਦਿਓ ਇਜਾਜ਼ਤ ਅੱਲਾ ਹਾਫੀਜ਼